ਨਗਰ ਨਿਗਮ ਸਫਾਈ ਕਰਮਚਾਰੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਲਗਾਤਾਰ ਦੂਜੇ ਦਿਨ ਰੋਸ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਉਹਨਾਂ ਦੀ ਮੁੱਖ ਮੰਗਾਂ ਵਿੱਚ ਠੇਕੇਦਾਰੀ ਪ੍ਰਥਾ ਬੰਦ ਕਰਨਾ, ਪਾਰਟ ਟਾਈਮ ਸਫਾਈ ਸੇਵਕਾਂ ਨੂੰ ਰੈਗੂਲਰ ਕਰਨਾ, 6ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਸਮੂਹ ਕਰਮਚਾਰੀਆਂ ਨੂੰ ਸਪੈਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਦੇਣਾ, ਕੂੜਾ ਕਰਕਟ ਸੁੱਟਣ ਲਈ ਡੰਪਾਂ ਦਾ ਪ੍ਰਬੰਧ ਕਰਨਾ ਅਤੇ ਸਫਾਈ ਕਰਮਚਾਰੀ ਰਿਟਾਇਰਮੈਂਟ ਹੋਣ 'ਤੇ 1 ਮਹੀਨੇ ਦੇ ਅੰਦਰ ਅੰਦਰ ਬਣਦੇ ਲਾਭ ਦੇਣ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਜਾਰੀ ਹੈ। ਖਬਰ ਲਿਖੇ ਜਾਣ ਤੱਕ ਨਗਰ ਨਿਗਮ ਕਮਿਸ਼ਨ ਵੱਲੋਂ ਨਾਲ ਮੀਟਿੰਗ ਜਾਰੀ ਸੀ। ਕਮਿਸ਼ਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਵਾਇਆ ਗਿਆ ਹੈ। ਪੇਸ਼ ਹੈ ਇਸ ਦੀ ਰਿਪੋਰਟ। ਸਾਨੂੰ ਫੈਸਲੇ ਵਾਲੀ ਗੱਲ ਨਹੀਂ ਨਜ਼ਰ ਆਉਂਦੀ। ਸਾਡਾ ਉੱਧਰ ਇਹ ਫੈਸਲਾ ਹੋਇਆ ਸੀ ਵੀ ਤੁਹਾਡੇ ਵਿੱਚ ਬੈਠ ਕੇ ਆ ਕੇ ਇੱਥੇ ਦਰੀਆਂ ਦੇ ਉੱਤੇ ਇਹ ਫੈਸਲਾ ਆਪਾਂ ਕੀਤਾ ਸੀ ਸਾਰਿਆਂ ਨੇ। ਹੁਣ ਅਸੀਂ ਜਾ ਕੇ ਅੰਦਰ ਕਰ ਰਹੇ ਤਾਂ ਤੁਸੀਂ ਜੁੱਤੀਆਂ ਨਾਲ ਮਾਰੂਗੇ ਤਾਂ ਕੀ ਕਰੋਗੇ। ਇਸ ਕਰਕੇ ਸਾਡਾ ਫੈਸਲਾ ਇਹ ਆ ਵੀ ਜਿਹਨੂੰ ਲੋੜ ਆ ਉਹ ਇੱਥੇ ਦਰੀਆ 'ਤੇ ਆ ਕੇ ਬੈਠ ਕੇ ਲਿਖਤੀ ਤੌਰ 'ਤੇ ਦੇ ਦੇਣ। ਅਸੀਂ ਉਹ ਬੰਦੇ ਆ ਸਾਥੀ, ਉਹ ਬੇਨਤੀ ਕਰੂੰਗਾ ਹੁਣ ਜਿਹੜਾ ਕਿ ਅੱਜ ਦਾ ਦੂਸਰੇ ਦਿਨ ਦਾ ਧਰਨਾ ਵਾ ਉਹ ਆਪਣਾ ਜਾਰੀ ਆ। ਜਿਹੜੀ ਹੜਤਾਲ ਆ ਇਹ 3 ਤਰੀਕ ਤੱਕ ਡਰਨ ਦੀ ਲੋੜ ਨਹੀਂ, ਬਹੁਤ ਕੋਈ ਦਬਾਅ ਬਣਾ ਰਹੇ ਆ। ਜਿੰਨੀ ਦੇਰ ਤੱਕ ਸਮੂਹ ਮੁਲਾਜ਼ਮਾਂ ਦੇ ਵਿੱਚ ਆ ਕੇ ਅਫਸਰ ਸਾਡੇ ਨਾਲ ਆ ਕੇ ਸਮਝੌਤਾ ਕਰਨਾ ਚਾਹੁਣ ਤਾਂ ਇੱਥੇ ਆ ਜਾਣ, ਨਹੀਂ ਤਾਂ ਸਾਡਾ ਕੋਈ ਸਮਝੌਤਾ ਨਹੀਂ ਹੋਣਾ। ਮੁਲਾਜ਼ਮ ਏਕਤਾ ਜ਼ਿੰਦਾਬਾਦ। ਸਭ ਤੋਂ ਸਾਡੀ ਵੱਡੀ ਮੰਗ ਇਹ ਆ ਵੀ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਸਾਡੀ ਇੱਕ ਐਗਰੀਮੈਂਟ ਆ ਉਹ ਲਾਈਆਂ ਜਾਣ, ਜਿਹੜੇ ਸਾਡੇ ਹੋਰ ਸੋਰਸ 'ਤੇ ਕੰਮ ਕਰਦੇ ਆ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਣ ਵੀ ਸਾਡੇ ਕੋਲ ਭਾਈ ਇੰਨੇ ਸਫਾਈ ਕੱਚੇ ਕੰਮ ਕਰਦੇ, ਇਹਨਾਂ ਨੂੰ ਪੱਕੇ ਕੀਤਾ ਜਾਵੇ। ਅੱਜ ਨਗਰ ਨਿਗਮ ਵੱਲੋਂ ਸਾਰੇ ਸਫਾਈ ਕਰਮਚਾਰੀਆਂ ਵੱਲੋਂ ਇੱਕ ਰੋਸ ਧਰਨਾ ਦਿੱਤਾ ਗਿਆ ਜਿਹਦਾ ਕਿ ਅੱਜ ਦੂਜਾ ਦਿਨ ਆ। ਸਾਡੀਆਂ ਮੰਗਾਂ ਜੇ ਤਾਂ ਜਣੇ ਲੈ ਕੇ ਦਿੱਤਾ ਫਿਰ ਤਾਂ ਅਸੀਂ ਆਪਣੇ ਵਿਚਾਰ ਕਰਾਂਗੇ, ਨਹੀਂ ਤਾਂ ਸਾਡੀ 3 ਤਰੀਕ ਤੋਂ ਮੁਕੰਮਲ ਹੜਤਾਲ ਆ, ਉਹਦੇ ਬਾਰੇ ਨਗਰ ਨਿਗਮ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਜਿਹੜੀਆਂ ਸਾਡੀਆਂ ਜ਼ਰੂਰੀ ਮੰਗਾਂ ਆ ਉਹ ਲੋਕਲ ਮੰਗਾਂ ਆ, ਉਹ ਸਾਨੂੰ ਅੱਜ ਲੈ ਕੇ ਦੇਣ ਤਾਂ ਠੀਕ ਆ। ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਨੇ ਮੰਨਣ ਜੋ ਮੰਗਾਂ ਆ ਉਹ ਇਹ ਲੈ ਕੇ ਭੇਜਣ, ਸਾਨੂੰ ਭਰੋਸਾ ਦਿਵਾਉਣ, ਫਿਰ ਅਸੀਂ ਜਿਹੜਾ ਸੋਚ ਵਿਚਾਰ ਕਰਾਂਗੇ, ਨਹੀਂ ਤਾਂ ਸਾਡੀ 3 ਤਰੀਕ ਨੂੰ ਹੜਤਾਲ ਪੱਕੀ ਹੋਊਗੀ, ਉਹਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਊਗੀ। ਅੱਜ ਸਾਡੇ ਵਿੱਚ ਸ਼੍ਰੀ ਰਾਜਪਾਲ ਕਹੀ ਜਿਹੜੇ ਕਿ ਭਗਵਾਨ ਬਾਲਮੀਕ ਆਸ਼ਰਮ ਕਮੇਟੀ ਦੇ ਮਹਾਂਸਚਿਵ ਆ, ਅਤੇ ਅਸੀਂ ਸ਼ਹਿਰਦਾਰਾਂ ਨੂੰ ਅਪੀਲ ਕਰਦੇ ਹਾਂ ਸਾਡਾ ਇੱਥੇ ਹੈਗੇ ਸਟੇਜ 'ਤੇ ਆਓ, ਅਸੀਂ ਉਹਨਾਂ ਦਾ ਵੈਲਕਮ ਸਵਾਗਤ ਕਰਦੇ ਹਾਂ। ਇਹ ਜਿਹੜਾ ਧਰਨਾ ਸਾਡਾ ਪ੍ਰਦਰਸ਼ਨ ਅੱਜ ਹੋ ਰਿਹਾ ਆ ਇਹ ਅੱਜ ਤੋਂ ਅਸੀਂ ਮਹੀਨਾ ਭਰ ਪਹਿਲਾਂ ਕਰ ਦੇਣਾ ਸੀ, ਅਸੀਂ ਇਸ ਕਰਕੇ ਰੋਕੇ। ਪਹਿਲਾਂ ਦੀਵਾਲੀ ਸੀ, ਦੁਸਹਿਰਾ ਸੀ, ਭਗਵਾਨ ਬਾਲਮੀਕ ਜਯੰਤੀ ਸੀ ਅਤੇ ਗੁਰਪੁਰਬ ਸੀ, ਇਸ ਕਰਕੇ ਅਸੀਂ 1 ਮਹੀਨਾ ਲੇਟ ਕਰਤਾ ਆ। ਹੁਣ ਅਸੀਂ ਸ਼ਹਿਰਦਾਰਾਂ ਨੂੰ ਅਪੀਲ ਕਰਦੇ ਹਾਂ ਵਿੱਚ ਸਾਡਾ ਕੋਈ ਦੋਸ਼ ਨਹੀਂ ਹੋ, ਸਾਡੀਆਂ ਮੰਗਾਂ ਨੇ ਪੂਰੀਆਂ ਹੋ ਰਹੀਆਂ, ਸਾਡਾ ਆ ਕੇ ਸਾਥ ਦਿਓ। ਸੈਸ਼ਨ ਨਾਲ ਗੱਲਬਾਤ ਚੱਲ ਰਹੀ ਆ, ਸਾਡੇ ਕਈ ਵਿੱਚ ਨੇਤਾ ਗਏ ਆ, ਸਾਡੇ ਸਮਾਜ ਦੇ ਲੀਡਰ ਗਏ ਆ ਵਿੱਚ, ਜੇ ਉਹ ਇਹਨਾਂ ਨੂੰ ਗੱਲ ਕਹਿਣ ਤਾਂ ਸਾਡੇ ਨਾਲ ਅੱਗੇ ਇੱਥੇ ਸਟੇਜ 'ਤੇ ਆ ਕੇ ਗੱਲ ਕਰਨ, ਸਾਡੀ ਦਰੀ ਤੱਕ ਬੈਠਣ, ਸਾਨੂੰ ਦੱਸਣ ਵੀ ਤੁਹਾਡੀਆਂ ਮੰਗਾਂ ਪੂਰੀਆਂ ਅਸੀਂ ਕਰ ਦਿੰਦੇ ਹਾਂ। ਅਸੀਂ ਲੋਕਲ ਆ, ਜਿਹੜੀ ਕੱਲ੍ਹ ਨੂੰ ਆ ਉਹ ਸਾਡੇ 2 ਸਫਾਈ ਸੇਵਕ ਰਿਟਾਇਰਮੈਂਟ ਹੋ ਰਹੇ ਆ, ਅਸੀਂ ਉਹਨਾਂ ਦੀ ਪਾਰਟੀ ਕਰਨੀ ਆ, ਇਸ ਕਰਕੇ ਉਹਨੂੰ ਸਾਡਾ ਕੋਈ ਧਰਨਾ ਹੈਗਾ, 3 ਤਰੀਕ ਸਾਡੀ ਮੁਕੰਮਲ ਹੜਤਾਲ ਆ ਜੀ। ਜੈ ਵਾਲਮੀਕੀ। ਇਹ ਕਰਮਚਾਰੀਆਂ ਦੀਆਂ ਜਿਹੜੀਆਂ ਹੈਗੀਆਂ ਨਾ ਡਿਟੇਲ ਮੰਗਾਂ ਨੇ, ਇਹ ਬੜੇ ਚਿਰਾਂ ਤੋਂ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਦੀ ਮੰਗ ਕਰ ਰਹੇ ਨੇ, ਔਰ ਇਹਦੇ ਵਿੱਚ ਜਿਹੜਾ ਮੰਗ ਪੱਤਰ ਸਾਨੂੰ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਮੰਗਾਂ ਨੇ ਉਹ ਅਸੀਂ ਸਰਕਾਰ ਨੂੰ ਭੇਜ ਦਿੱਤਾ ਹੈ, ਔਰ ਕੁਛ 3-4 ਮੰਗਾਂ ਇੱਦਾਂ ਦੀਆਂ ਨੇ ਜਿਹੜੀਆਂ ਕਿ ਸਾਡੇ ਦਫ਼ਤਰ ਦੇ ਨਾਲ ਸੰਬੰਧਿਤ ਨੇ, ਔਰ ਉਹ ਅਸੀਂ ਮੀਟਿੰਗ ਕਰਕੇ ਹੁਣੇ ਹੀ ਮੈਂ ਅਫਸਰਾਂ ਦੀ ਹਟਿਆ, ਔਰ ਅਸੀਂ ਉਹ 15 ਕੁ ਦਿਨਾਂ ਦੇ ਵਿੱਚ ਉਹ ਪੂਰੀਆਂ ਕਰ ਦਿਆਂਗੇ, ਕਿਉਂਕਿ ਕੁਛ ਜਿਹੜੀਆਂ ਹੈਗੀਆਂ ਜਿਵੇਂ ਤਰੱਕੀ ਨਹੀਂ ਲੱਗੀ ਕਿਸੇ ਦੀ, ਹਾਂਜੀ, ਕੋਈ ਇੱਕ ਸਾਬਣ ਤੇਲ ਦਾ ਮਾਮਲਾ ਸੀਗਾ ਉਹ ਫਿਰ ਅਸੀਂ ਹਾਊਸ 'ਚ ਪਾ ਦਿਆਂਗੇ ਜੀ। ਸੋ ਇਹ ਕੋਈ ਜਿਹੜੀ ਹੈਗੀ ਆ ਇੱਥੇ ਰੂਟੀਨ ਮੈਟਰ। ਗੱਲਬਾਤ ਤੋਂ ਆਏ ਨਹੀਂ ਕਰਨ ਵਾਸਤੇ ਤਾਂ ਪਹਿਲਾ ਦਿਨ ਅੱਜ ਮੇਰੇ ਹਿਸਾਬ ਨਾਲ, ਤਾਂ ਹਾਂ ਨਹੀਂ ਮੇਰੇ ਕੋਲ ਨਹੀਂ ਮੇਰੇ ਨਹੀਂ ਧਿਆਨ 'ਚ ਵਿੱਚ।
15 दिन तक जिहड़ियां सरकार जिन्हां दे विच फाइनेंस अवेले इनवॉल्व होया ना उन्हां नूं छड्ड के बाकियां जिहड़ियां साडे लैवल ते करन वालियां गल्लियां 15 दिनां च हो जाणगियां प्रोसीजरल मंगां जिहड़ियां ने।